Welcome guys on my YouTube channel and you are watching my channel IELTS with Sophia. ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਹਾਂ 27 July 2024 ਜੀ ਟੀ ਦਾ ਰਾਈਟਿੰਗ ਟਾਸਕ ਟੂ ਦਾ ਕੰਪਲੀਟ ਸੈਂਪਲ ਆਂਸਰ ਟੋਪਿਕ ਕੀ ਆਇਆ ਸੀ ਜੀ ਟੀ ਵਾਲਿਆਂ ਨੂੰ ਨਾਊਡੇਜ਼ ਪੀਪਲ ਰੀਡ ਨਿਊਜ਼ ਥਰੂ ਦਾ ਇੰਟਰਨੈਟ ਬਹੁਤ ਸਾਰੇ ਲੋਕ ਇੰਟਰਨੈਟ ਦੇ ਥਰੂ ਨਿਊਜ਼ ਰੀਡ ਕਰਦੇ ਆ ਬਟ ਪਰ ਫਿਰ ਵੀ ਨਿਊਜ਼ ਪੇਪਰ ਅੱਜ ਉਹਦੀ ਵੈਲੂਏਬਲ ਹੈਗੀ ਹੈ ਲੋਕਾਂ ਦੇ ਦੁਆਰਾ ਪ੍ਰੈਫਰ ਕੀਤਾ ਜਾਂਦਾ ਵੈ ਲੋਕਾਂ ਦੇ ਦੁਆਰਾ ਯੂਜ਼ ਕੀਤਾ ਜਾਂਦਾ ਵੈ ਇੰਟਰਨੈਟ ਫੈਸਿਲਿਟੀ ਹੋਣ ਦੇ ਬਾਵਜੂਦ ਵੀ ਕੀ ਤੁਸੀਂ ਇਹਦੇ ਨਾਲ ਐਗਰੀ ਹੋ ਜਾਂ ਡਿਸਐਗਰੀ ਹੋ ਸਭ ਤੋਂ ਪਹਿਲਾਂ ਮੈਂ ਗੱਲ ਤੁਹਾਨੂੰ ਦੱਸਣਾ ਚਾਹਾਂਗੀ ਡੂ ਯੂ ਐਗਰੀ ਔਰ ਡਿਸਐਗਰੀ ਦੇ ਵਿੱਚ ਨਾ ਜਾਂ ਤਾਂ ਸਾਰਾ ਐਗਰੀ ਜਾਇਆ ਕਰੋ ਜਾਂ ਸਾਰਾ ਡਿਸਐਗਰੀ ਜਾਇਆ ਕਰੋ ਇੱਕ ਸਾਈਡ ਚੂਜ਼ ਕਰਿਆ ਕਰੋ ਜਾਂ ਐਗਰੀ ਜਾਂ ਡਿਸਐਗਰੀ ਸਮਝ ਲੱਗ ਗਈ ਸਪੈਸ਼ਲੀ ਉਹਨਾਂ ਨੇ ਕਿਹਾ ਔਰ ਮਤਲਬ ਜਾਂ ਐਗਰੀ ਜਾਂ ਡਿਸਐਗਰੀ ਪਤਾ ਲੱਗ ਗਿਆ ਮੈਂ ਇਹਦੇ ਵਿੱਚ ਸਾਰਾ ਐਗਰੀ ਗਈ ਹਾਂ ਅਗਰ ਤੁਸੀਂ ਡਿਸਐਗਰੀ ਜਾਣਾ ਸਾਰਾ ਡਿਸਐਗਰੀ ਠੀਕ ਹੈ ਟੂ ਵਟ ਐਕਸਟੈਂਟ ਵਾਲੇ 'ਚ ਆਪਾਂ ਕਰ ਸਕਦੇ ਹਾਂ ਬੋਥ ਐਗਰੀ ਡਿਸਐਗਰੀ ਬਟ ਉਹਦੇ ਵਿੱਚ ਆਪਾਂ 70-30 ਕਰਕੇ ਕਰਦੇ ਹਾਂ ਠੀਕ ਹੈ ਇਟ ਇਜ਼ ਬਿਲੀਵਡ ਬਾਏ ਸਟਾਰਟਿੰਗ ਆਪਾਂ ਪੈਸਿਵ ਤੋਂ ਕਰ ਦਿੱਤੀ ਇਟ ਇਜ਼ ਬਿਲੀਵਡ ਬਾਏ ਪਲੇਥੋਰਾ ਆਫ ਪੀਪਲ ਬਹੁਤ ਸਾਰੇ ਲੋਕਾਂ ਦੇ ਦੁਆਰਾ ਇਹ ਸੋਚਿਆ ਜਾਂਦਾ ਵੈ ਕਿ ਭਾਵੇਂ ਉਦੋਂ ਭਾਵੇਂ ਅੱਜ ਇੰਟਰਨੈਟ ਪ੍ਰੈਫਰ ਕੀਤਾ ਜਾਂਦਾ ਵੈ ਨਿਊਜ਼ ਲੈਣ ਦੇ ਲਈ ਪਰ ਕੌਮੇ ਦੀ ਇੰਗਲਿਸ਼ ਕੀ ਹੈ ਪਰ ਕੌਮੇ ਦੀ ਇੰਗਲਿਸ਼ ਕੀ ਹੈ ਪਰ ਆਦੋ ਦਾ ਮਤਲਬ ਕੀ ਹੈ ਭਾਵੇਂ ਭਾਵੇਂ ਪ੍ਰੈਫਰ ਕੀਤਾ ਜਾਂਦਾ ਪਰ ਦੀ ਇੰਗਲਿਸ਼ ਤੁਸੀਂ ਬਟ ਨਹੀਂ ਲਿਖਣੀ ਕੌਮਾ ਲਿਖਣੀ ਹੈ ਜਦੋਂ ਆਲਦੋ ਯੂਜ਼ ਕਰਨਾ ਮੈਂ ਪਰ ਨਿਊਜ਼ ਪੇਪਰ ਹਾਲੇ ਵੀ ਵੈਲੂਏਬਲ ਹੈ ਇਹਦੀ ਮਤਲਬ ਕੀਮਤੀ ਹੈ ਪ੍ਰੈਫਰ ਕੀਤਾ ਜਾਂਦਾ ਵੈ ਯੂਜ਼ ਕੀਤਾ ਜਾਂਦਾ ਵੈ ਠੀਕ ਹੈ ਲਾਈਕ ਕੀਤਾ ਜਾਂਦਾ ਵੈ ਯੈਟ ਵੀ ਨਾ ਲਿਖ ਦਿਓ ਕੌਮਾ ਹੀ ਪਾਉਣਾ ਜਦੋਂ ਆਲਦੋ ਵਾਲਾ ਸਟਰਕਚਰ ਯੂਜ਼ ਕਰਨਾ ਇਨ ਦਿਸ ਐਸੇ ਆਈ ਵਿਲ ਸ਼ੇਅਰ ਐਸੇ ਤੋਂ ਬਾਅਦ ਕੌਮਾ ਐਸੇ ਦੇ ਬਹੁਤ ਸਾਰੇ ਬੱਚੇ ਸਪੈਲਿੰਗ ਰੋਂਗ ਕਰ ਦਿੰਦੇ ਆ ਧਿਆਨ ਨਾਲ ਦੇਖ ਲਓ ਆਈ ਵਿਲ ਸ਼ੇਅਰ ਆਲ ਦਾ ਵਿਊ ਪੁਆਇੰਟਸ ਇਨ ਦਾ ਫੇਵਰ ਆਫ ਟੋਪਿਕ ਫੇਵਰ ਆਫ ਟੋਪਿਕ ਮਤਲਬ ਐਗਰੀ ਫੇਵਰ ਆਫ ਟੋਪਿਕ ਮਤਲਬ ਐਗਰੀ ਫੇਵਰ ਆਫ ਟੋਪਿਕ ਇਨ ਦਾ ਇਮੀਨੈਂਟ ਪੈਰਾਗ੍ਰਾਫਸ ਸਮਝ ਲੱਗ ਗਈ ਹੁਣ ਆਪਾਂ ਸਟਾਰਟਿੰਗ ਕਰਨ ਲੱਗੇ ਹਾਂ ਬੋਡੀ ਪੈਰਾਗ੍ਰਾਫ 1 ਦੀ ਕਮੈਂਸਿੰਗ ਵਿਦ ਦੇਅਰ ਆਰ ਮਲਟੀਫੇਰੀਅਸ ਮਲਟੀਫੇਰੀਅਸ ਮਤਲਬ ਬਹੁਤ ਜ਼ਿਆਦਾ ਕਮੈਂਸਿੰਗ ਸਟਾਰਟਿੰਗ ਹੋ ਗਿਆ ਬਹੁਤ ਸਾਰੇ ਰੀਜ਼ਨਸ ਹੈ ਡਿਸਪਾਈਟ ਮਤਲਬ ਇਸ ਦੇ ਬਾਵਜੂਦ ਇੰਟਰਨੈਟ ਹੋਣ ਦੇ ਬਾਵਜੂਦ ਵੀ ਨਿਊਜ਼ ਪੇਪਰ ਅੱਜ ਪਾਪੂਲਰ ਹੈ ਕਿਉਂ ਪਾਪੂਲਰ ਹੈ ਇੰਟਰਨੈਟ ਹੋਣ ਦੇ ਬਾਵਜੂਦ ਵੀ ਆਪਾਂ ਉਹ ਕਾਰਨ ਦੱਸਣ ਲੱਗੇ ਹਾਂ ਫਸਟ ਐਂਡ ਦਾ ਫੋਰਮੋਸਟ ਪੁਆਇੰਟ ਇਜ਼ ਸਮ ਆਲ ਪੀਪਲ ਹੂ ਹੈਵ ਇਲੀਟਰੇਟ ਕੁਝ ਅਨਪੜ੍ਹ ਹੁੰਦੇ ਆ ਮਤਲਬ ਕਿ ਉਹਨਾਂ ਨੂੰ ਟੈਕਨੋਲੋਜੀ ਬਾਰੇ ਨਹੀਂ ਕੁਝ ਪਤਾ ਹੁੰਦਾ ਗਾ ਹੈ ਨਾ ਜਾਂ ਫਿਰ ਯੂਜ਼ ਉਹ ਨਹੀਂ ਕਰ ਸਕਦੇ ਇੰਟਰਨੈਟ ਕਿਉਂਕਿ ਉਹਨਾਂ ਦੇ ਕੋਲ ਇੰਨਾ ਨੌਲੇਜ ਨਹੀਂ ਹੁੰਦੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਗਾ ਹਾਊ ਟੂ ਆਪਰੇਟ ਹਾਊ ਟੂ ਯੂਜ਼ ਮੋਬਾਈਲ ਫੋਨ ਦੇਅਰਫੋਰ ਮਤਲਬ ਇਸ ਕਰਕੇ ਬਹੁਤ ਸਾਰੇ ਬੱਚੇ 100 ਵਰਡ ਯੂਜ਼ ਕਰਦੇ ਰਾਈਟਿੰਗ ਟਾਸਕ 2 ਵਿੱਚ SO 100 ਵਰਡ ਆਪਾਂ ਬਿਲਕੁਲ ਵੀ ਯੂਜ਼ ਨਹੀਂ ਕਰਨਾ ਗਾ ਸੋ ਇਨਫੋਰਮਲ ਮੰਨਿਆ ਜਾਂਦਾ ਵੈ ਆਪਾਂ ਫੋਰਮਲ ਵਰਡਸ ਯੂਜ਼ ਕਰਨੇ ਹੈ ਦੇਅਰਫੋਰ ਇੱਕ ਗੱਲ ਹੋਰ ਈਡੀਅਮਸ ਵੀ ਨਹੀਂ ਯੂਜ਼ ਕਰਨੇ ਬਹੁਤ ਸਾਰੇ ਬੱਚੇ ਇਨ ਦਾ ਨਟਸ਼ੈਲ ਜਾਂ ਔਨ ਦਾ ਫਲਿੱਪ ਸਾਈਡ ਇੱਦਾਂ ਦੇ ਵਰਡਸ ਵਗੈਰਾ ਐਵਰੀ ਕੋਇਨ ਹੈਜ਼ 2 ਸਾਈਡਸ ਇਹ ਸਾਰੇ ਈਡੀਅਮਸ ਹੈ ਈਡੀਅਮਸ ਨਹੀਂ ਆਪਾਂ ਯੂਜ਼ ਕਰਨੇ ਠੀਕ ਹੈ ਦੇਅਰਫੋਰ ਨਿਊਜ਼ ਪੇਪਰ ਇੱਕ ਬੈਸਟ ਹੈ ਉਹਨਾਂ ਦੇ ਲਈ ਟੂ ਗੈਟ ਨਿਊਜ਼ ਆਲ ਅਰਾਊਂਡ ਦਾ ਵਰਲਡ ਇਸ ਤਰੀਕੇ ਦੇ ਨਾਲ ਦੇ ਆਲਸੋ ਗੈਟ ਚਾਂਸ ਉਹਨਾਂ ਨੂੰ ਮੌਕਾ ਮਿਲਦਾ ਵੈ ਚਾਂਸ ਮਿਲਦਾ ਵੈ ਸਪੈਂਡ ਕੁਆਲਿਟੀ ਆਫ ਟਾਈਮ ਵਿਦ ਦੇਅਰ ਓਲਡ ਏਜ ਫਰੈਂਡਸ ਆਪਾਂ ਦੇਖਦੇ ਹਾਂ ਨਾ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਬੁੱਢੇ ਲੋਕ ਇਕੱਠੇ ਬੈਠ ਕੇ ਨਾਲੇ ਗੱਲਾਂ ਕਰਦੇ ਆ ਨਾਲੇ ਅਖਬਾਰ ਪੜ੍ਹਦੇ ਆ ਨਾਲੇ ਉਹਨਾਂ ਦੀ ਦੋਸਤੀ ਬਣਦੀ ਹੈ ਰਿਲੇਸ਼ਨ ਬਣਦਾ ਅੱਛਾ ਦੇ ਆਲਸੋ ਗੈਟ ਚਾਂਸ ਟੂ ਸਪੈਂਡ ਕੁਆਲਿਟੀ ਆਫ ਟਾਈਮ ਵਿਦ ਦੇਅਰ ਓਲਡ ਏਜ ਫਰੈਂਡਸ ਵਾਇਲ ਰੀਡਿੰਗ ਨਿਊਜ਼ ਪੇਪਰ ਇਨ ਵਿੱਚ
ਦੇ ਫੀਲ ਰਿਲੈਕਸ ਐਂਡ ਰੈਜੂਵਿਨੇਟ। ਇੱਥੇ ਐਂਡ ਆਉਣਾ ਸੀ ਦਸ ਦਸ, ਮਤਲਬ ਇਸ ਕਰਕੇ ਸੋ ਵਰਡ ਨਹੀਂ ਯੂਜ਼ ਕਰਨਾ। ਦ ਬੈਨੀਫਿਟਸ ਆਫ ਰੀਡਿੰਗ ਨਿਊਜ਼ ਪੇਪਰ ਕੈਨ ਨੋਟ ਬੀ ਰਿਪਲੇਸਡ ਵਿਦ ਇੰਟਰਨੈਟ। ਇੰਟਰਨੈਟ ਨਾਲ ਰਿਪਲੇਸ ਨਹੀਂ ਕੀਤੇ ਜਾ ਸਕਦੇ, ਸਮਝ ਲੈ ਗਈ। ਕੈਨ ਨੋਟ ਹਮੇਸ਼ਾ ਇਕੱਠਾ ਪਾਈਦਾ, ਵਿੱਚ ਸਪੇਸ ਨਹੀਂ ਪਾਣੀ। ਬੀ ਨਾਲ ਹਮੇਸ਼ਾ ਵਰਬ ਦੀ ਥਰਡ ਫੋਰਮ। ਇਹਨਾਂ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖਿਓ, ਤੁਹਾਡੇ ਆਰਾਮ ਦੇ ਨਾਲ ਸਾਡੇ 'ਚ ਬੈਂਡ ਆ ਜਾਂਦੇ ਆ। ਅਪਾਰਟ ਫਰੋਮ ਦਿਸ, ਇਸ ਤੋਂ ਇਲਾਵਾ ਜਿਹੜੇ ਖਰਚੇ ਹੁੰਦੇ ਇੰਟਰਨੈਟ ਸਰਵਿਸਿਸ ਦੇ, ਉਹ ਬਹੁਤ ਜ਼ਿਆਦਾ ਹਾਈ ਹੁੰਦੇ ਆ। ਮਤਲਬ ਵਾਈਫਾਈ ਦਾ ਖਰਚਾ ਆ ਗਿਆ, ਹੈ ਨਾ, ਰੀਚਾਰਜ ਦਾ ਖਰਚਾ ਆ ਗਿਆ, ਐਜ਼ ਕੰਪੇਅਰ ਟੂ ਨਿਊਜ਼ ਪੇਪਰ। ਨੈੱਟਫਲਿਕਸ ਖਰਚਾ, ਕੁਝ ਮਿਡਲ ਕਲਾਸਿਸ ਫੈਮਲੀਜ਼ ਕੈਨ ਨੋਟ ਅਫੋਰਡ ਇਟ। ਹਾਓ ਐਵਰ, ਇਸ ਦੇ ਉਲਟ ਅਤੇ ਕੌਮਾ ਆਉਣਾ, ਹਾਓ ਐਵਰ ਤੋਂ ਬਾਅਦ ਪਹਿਲਾਂ ਸੈਮੀਕੋਲਨ, ਬਾਅਦ 'ਚ ਕੌਮਾ, ਜਦੋਂ ਛੋਟੀ ਐਚ ਲਾਉਣੀ ਹੈ। ਜਦੋਂ ਛੋਟੀ ਐਚ ਲਾਉਣੀ ਹੈ ਨਾ, ਤਾਂ ਪਹਿਲਾਂ ਸੈਮੀਕੋਲਨ, ਬਾਅਦ 'ਚ ਕੌਮਾ। ਹਾਓ ਐਵਰ ਦੇ ਵਾਂਟ ਟੂ ਨੋ, ਉਹ ਜਾਣਨਾ ਚਾਹੁੰਦੇ ਆ ਵਟ ਇਜ਼ ਗੋਇੰਗ ਔਨ, ਇਹ ਕੀ ਹੋ ਰਿਹਾ ਵੈ ਸੰਸਾਰ ਦੇ ਵਿੱਚ। ਦੇਅਰਫੋਰ ਇਸ ਕਰਕੇ ਰੀਡਿੰਗ ਨਿਊਜ਼ ਪੇਪਰ ਇਹ ਕਨਵੀਨੀਅੰਟ ਮੋਡ ਹੀ ਨਹੀਂ ਹੈਗਾ ਨਿਊਜ਼ ਲੈਣ ਦੇ ਲਈ, ਬਟ ਆਲਸੋ ਚੀਪੈਸਟ ਵੇ। ਚੀਪੈਸਟ ਵੇ ਵੀ ਹੈ, ਮਤਲਬ ਸਸਤਾ ਵੀ ਹੈ, 3-4 ਰੁਪਏ ਦਾ ਨਿਊਜ਼ ਪੇਪਰ ਆ ਜਾਂਦਾ ਵਾ। ਟੂ ਅਟੈਚ ਵਿਦ ਵਰਲਡ, ਸੰਸਾਰ ਦੇ ਨਾਲ ਜੁੜੇ ਰਹਿੰਦਾ। ਦਸ ਇਨ ਦਾ ਕਰੰਟ ਟਾਈਮ ਪੀਰੀਅਡ, ਇਹ ਤਾਂ ਬਹੁਤ ਜ਼ਿਆਦਾ ਫਰੂਟਫੁੱਲ ਹੈ ਹਰ ਕਿਸੇ ਦੇ ਲਈ। ਐਂਡ ਦਾ ਮੋਸਟ ਇੰਪੋਰਟੈਂਟ ਥਿੰਗ, ਇਟ ਕੈਨ ਬੀ ਰੈਡ ਬਾਈ ਐਵਰੀ ਏਜ ਪਰਸਨ। ਠੀਕ ਹੈ, ਪੈਸਿਵ ਜ਼ਰੂਰ ਬਣਾਇਆ ਕਰੋ, ਬਹੁਤ ਜ਼ਿਆਦਾ ਅੱਛਾ ਇੰਪ੍ਰੈਸ਼ਨ ਪੈਂਦਾ ਮੇਰਾ ਐਗਜ਼ਾਮੀਨਰ ਦੇ ਉੱਤੇ। ਇਹ ਹਰ ਇੱਕ ਏਜ ਪਰਸਨ ਪੜ੍ਹ ਸਕਦਾ ਵੈ ਇਸ ਨੂੰ, ਭਾਵੇਂ ਉਹ ਕੋਈ ਬੁੱਢਾ ਵੈ ਜਾਂ ਸਟੂਡੈਂਟ ਹੈ। ਕੰਕਲੂਜ਼ਨ, ਹੈਵਿੰਗ ਕੰਕਲੂਡਡ, ਨੋ ਡਾਊਟ ਕੌਮਾ, ਨੋ ਡਾਊਟ। ਠੀਕ ਹੈ, ਇਨ ਕੰਕਲੂਜ਼ਨ ਦੀ ਥਾਂ ਤੁਸੀਂ ਹੈਵਿੰਗ ਕੰਕਲੂਡਡ ਵੀ ਲਿਖ ਸਕਦੇ ਹੋ। ਐਡਵਾਂਸਮੈਂਟ ਆਫ ਟੈਕਨੋਲੋਜੀ ਦੇ ਮੈਰਿਟਸ ਹੈ, ਬਟ ਨੋਟ ਫੋਰ ਐਵਰੀਵਨ, ਹਰ ਕਿਸੇ ਦੇ ਲਈ ਨਹੀਂ, ਇਸ ਦੇ ਉਲਟ। ਇਧਰ ਰੀਡਿੰਗ ਨਿਊਜ਼ ਪੇਪਰ, ਨਿਊਜ਼ ਪੇਪਰ ਇੱਕ ਈਜ਼ੀਐਸਟ ਵੇ ਵੀ ਹੁੰਦਾ ਵੈ ਟੂ ਗੈਟ ਨਿਊਜ਼, ਐਂਡ ਚੀਪੈਸਟ ਵੀ ਹੁੰਦਾ, ਈਧਰ ਔਰ ਬਟ ਆਈ ਥਿੰਕ, ਬਟ ਮੈਨੂੰ ਲੱਗਦਾ ਵੈ ਇਟ ਇਜ਼ ਦਾ ਬੈਸਟ ਰੈਦਰ ਦੈਨ ਇੰਟਰਨੈਟ। ਇੰਟਰਨੈਟ ਦੇ ਅਕੋਰਡਿੰਗ ਤਾਂ ਇਹ ਬੈਸਟ ਹੀ ਹੈ, ਸਮਝ ਲੱਗ ਗਈ। ਕਿੱਦਾਂ ਦਾ ਲੱਗਿਆ ਫਿਰ ਇਹ GT ਵਾਲਿਆਂ ਨੂੰ ਮੇਰਾ ਰਾਈਟਿੰਗ ਟਾਸਕ ਟੂ ਦਾ ਸੈਂਪਲ ਆਂਸਰ, ਮੈਨੂੰ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸਿਓ। ਟੂ ਗੈਟ ਮੋਰ ਵੀਡੀਓਜ਼ ਰਿਲੇਟਡ ਟੂ GT, ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਆਈਲੈਟਸ ਵਿਦ ਸੋਫੀਆ, ਬਟ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਦਿਸ ਵੀਡੀਓ।